ਅਮਰਨਾਥ ਯਾਤਰਾ 'ਤੇ ਗਏ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸ਼ਰਧਾਲੂ ਘਰ ਤੋਂ ਖੁਸ਼ੀ ਖੁਸ਼ੀ ਭੋਲੇ ਬਾਬਾ ਦੇ ਦਰਸ਼ਨਾਂ ਦੇ ਲਈ ਘਰ ਤੋਂ ਰਵਾਨਾ ਹੋਇਆ ਸੀ, ਪਰ ਰਾਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਸਨੂੰ ਦਿਲ ਦਾ ਦੌਰਾ ਪੈ ਜਾਂਦਾ, ਜਿਸ ਦੇ ਕਾਰਨ ਇਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਪਟਿਆਲਾ ਦਾ ਰਹਿਣ ਵਾਲਾ ਇਹ ਸ਼ਖਸ ਦੱਸਿਆ ਜਾ ਰਿਹਾ ਜਿਸ ਦੀ ਪਹਿਚਾਣ ਪੰਡਿਤ ਚੰਦਰ ਭਾਨ ਵਜੋਂ ਹੋਈ ਹੈ, ਜੋ ਕਿ ਘਰ ਤੋਂ ਖੁਸ਼ੀ ਖੁਸ਼ੀ ਮੱਥਾ ਟੇਕਣ ਦੇ ਲਈ ਅਮਰਨਾਥ ਰਵਾਨਾ ਹੋਇਆ ਸੀ, ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉੱਥੇ ਹੀ ਇਸ ਦੀ ਜਾਨ ਨਿਕਲ ਜਾਂਦੀ ਹੈ। ਦੱਸ ਦਈਏ ਕਿ ਭਾਰੀ ਬਰਸਾਤ ਅਤੇ ਖਰਾਬ ਮੌਸਮ ਦੇ ਕਾਰਨ ਕਿਹਾ ਜਾ ਰਿਹਾ ਕਿ ਕਾਫੀ ਸਮੇਂ ਦੇ ਲਈ ਯਾਤਰਾ ਨੂੰ ਜੋ ਰੋਕ ਦਿੱਤਾ ਗਿਆ ਸੀ। 2 ਤੋਂ 3 ਦਿਨ ਯਾਤਰਾ ਰੁਕੀ ਰਹੀ, ਪਰ ਬੀਤੇ ਦਿਨਾਂ ਜਦੋਂ ਇਹ ਯਾਤਰਾ ਸ਼ੁਰੂ ਹੋਈ ਤਾਂ ਕਿਹਾ ਜਾ ਰਿਹਾ ਕਿ ਗੁਫਾ ਤੋਂ ਬਿਲਕੁਲ ਹੀ ਨੇੜੇ ਜਾ ਕੇ ਇਸ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈਂਦਾ, ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ। ਪਹਿਲਾਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਸ ਦੇ ਸੀਨੇ ਦੇ ਵਿੱਚ ਦਰਦ ਉੱਠਦਾ ਹੈ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਅਚਾਨਕ ਹੀ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ। ਜਿਵੇਂ ਹੀ ਇਹ ਡਿੱਗਦਾ ਹੈ ਤਾਂ ਲੋਕ ਇਸ ਦੇ ਕੋਲ ਪਹੁੰਚਦੇ ਨੇ, ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਉੱਥੇ ਜਾ ਕੇ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਪਟਿਆਲਾ ਦੇ ਪੰਡਿਤ ਚੰਦਰ ਭਾਨ ਦੀ ਮੌਤ ਹੋਈ ਹੈ। ਅਮਰਨਾਥ ਯਾਤਰਾ ਦੇ ਲਈ ਇਹ ਰਵਾਨਾ ਹੋਇਆ ਸੀ ਅਤੇ ਗੁਫਾ ਤੋਂ ਬਿਲਕੁਲ ਨੇੜੇ ਹੀ ਕਿਹਾ ਜਾ ਰਿਹਾ ਕਿ ਇਸ ਦੀ ਜਾਨ ਨਿਕਲੀ ਹੈ।